ਬਸਤੀਵਾਦ ਦੇ ਭਾਰਤੀ ਸਮਾਜ ਅਰਥ ਵਿਵਸਥਾ ਅਤੇ ਰਾਜਨੀਤੀ ਉੱਤੇ ਪ੍ਰਭਾਵ। ਬਸਤੀਵਾਦ ਵਾਸਤਵ ਵਿੱਚ ਸਾਮਰਾਜਵਾਦ ਦਾ ਇੱਕ ਆਧੁਨਿਕ ਰੂਪ ਹੈ। ਬਸਤੀਵਾਦ ਇੱਕ ਬਾਹਰਲੇ ਪ੍ਰਦੇਸ਼ ਦੀ ਰਾਜਨੀਤਿਕ ਸ਼ਕਤੀ ਵੱਲੋਂ ਕਿਸੇ ਹੋਰ ਪ੍ਰਦੇਸ਼ ਵਿੱਚ ਬਸਤੀ ਸਥਾਪਿਤ ਕਰਨਾ ਹੈ ਅਤੇ ਉਸ ਤੋਂ ਅੱਗੇ ਨਾ ਬਰਾਬਰੀ ਵਾਲੇ ਸੰਬੰਧ ਹੁੰਦੇ ਹਨ। ਬਸਤੀਵਾਦ ਦਾ ਆਰੰਭ 15ਵੀਂ ਸਦੀ ਤੋਂ ਹੋਇਆ ਸੀ ਅਤੇ ਦੂਸਰੇ ਵਿਸ਼ਵ ਯੁੱਧ ਤੱਕ ਇਸ ਦਾ ਬਹੁਤ ਜ਼ਿਆਦਾ ਵਿਕਾਸ ਹੋਇਆ। ਉਦਯੋਗਿਕ ਕ੍ਰਾਂਤੀ ਕਾਰਨ ਯੂਰਪੀ ਦੇਸ਼ਾਂ ਨੇ ਅਫਰੀਕਾ, ਏਸ਼ੀਆ ਅਤੇ ਹੋਰ ਮਹਾਂਦੀਪਾਂ ਦੇ ਗੈਰ ਵਿਕਸਿਤ ਪ੍ਰਦੇਸ਼ਾਂ ਵਿੱਚ ਬਸਤੀਵਾਦ ਸਥਾਪਿਤ ਕੀਤਾ। ਭਾਵੇਂ ਕਾਫੀ ਦੇਸ਼ਾਂ ਨੇ ਬਸਤੀਵਾਦ ਤੋਂ ਸੰਘਰਸ਼ ਦੁਆਰਾ ਖਹਿੜਾ ਛੁਡਾ ਲਿਆ ਹੈ, ਪਰੰਤੂ ਹਾਲੇ ਵੀ ਸੰਸਾਰ ਵਿੱਚ ਇਹ ਕਿਸੇ ਨਾ ਕਿਸੇ ਰੂਪ ਵਿੱਚ ਵਿਦਮਾਨ ਹੈ। ਬਸਤੀਵਾਦ ਦਾ ਅਰਥ ਅਤੇ ਪਰਿਭਾਸ਼ਾ। ਮੀਨਿੰਗ ਐਂਡ ਡੈਫੀਨੇਸ਼ਨ ਆਫ ਕਲੋਨੀਲਿਜ਼ਮ। ਅੰਗਰੇਜ਼ੀ ਭਾਸ਼ਾ ਦੇ ਸ਼ਬਦ ਕਲੋਨੀ ਲੈਟਿਨ ਭਾਸ਼ਾ ਦੇ ਸ਼ਬਦ ਕਲੋਨੀਆ ਤੋਂ ਨਿਕਲਿਆ ਹੈ, ਜਿਸ ਦਾ ਅਰਥ ਹੈ ਮਨੁੱਖੀ ਸਮਾਜ ਦਾ ਦੂਜੇ ਸਥਾਨ ਇਲਾਕੇ ਉੱਤੇ ਲਗਾਇਆ ਗਿਆ ਅੰਸ਼। ਸਧਾਰਨ ਸ਼ਬਦਾਂ ਵਿੱਚ ਇਸ ਦਾ ਅਰਥ ਹੈ ਇੱਕ ਉੱਨਤ ਦੇਸ਼ ਦੇ ਲੋਕਾਂ ਵੱਲੋਂ ਕਿਸੇ ਪ੍ਰਦੇਸ਼ ਪਿਛੜੇ ਪ੍ਰਦੇਸ਼ ਵਿੱਚ ਆਪਣੀ ਬਸਤੀ ਸਥਾਪਿਤ ਕਰਨਾ ਅਤੇ ਉਸ ਦੇ ਰਾਜ ਭਾਗ ਦੀ ਵਿਵਸਥਾ ਨੂੰ ਸਾਂਭਣਾ ਹੈ। ਬਸਤੀਵਾਦ ਉਦੋਂ ਵਾਪਰਦਾ ਹੈ ਜਦੋਂ ਇੱਕ ਦੇਸ਼ ਦੂਸਰੀ ਜ਼ਮੀਨ, ਖੇਤਰ ਜਾਂ ਪ੍ਰਦੇਸ਼ ਉੱਤੇ ਨਿਯੰਤਰਣ ਕਰਦਾ ਹੈ ਜੋ ਉਸ ਦੀ ਸੀਮਾ ਤੋਂ ਬਾਹਰਲੇ ਹੁੰਦੇ ਹਨ ਅਤੇ ਉਹਨਾਂ ਨੂੰ ਆਪਣੀ ਬਸਤੀ ਦੇ ਰੂਪ ਵਿੱਚ ਵਰਤਦਾ ਹੈ। ਆਮ ਤੌਰ 'ਤੇ ਉਹ ਇੱਕ ਵਧੇਰੇ ਸ਼ਕਤੀਸ਼ਾਲੀ ਅਤੇ ਅਮੀਰ ਦੇਸ਼ ਹੁੰਦਾ ਹੈ ਜੋ ਬਹੁਤ ਛੋਟੇ ਤੋਂ ਘੱਟ ਸ਼ਕਤੀਸ਼ਾਲੀ ਪ੍ਰਦੇਸ਼ ਜਾਂ ਖੇਤਰ ਉੱਤੇ ਨਿਯੰਤਰਣ ਕਰਦਾ ਹੈ। ਸੰਨ 1700 ਅਤੇ 1800 ਵਿੱਚ ਯੂਰਪ ਕਈ ਅਮੀਰ ਅਤੇ ਸ਼ਕਤੀਸ਼ਾਲੀ ਦੇਸ਼ਾਂ ਜਿਵੇਂ ਕਿ ਬ੍ਰਿਟੇਨ, ਫਰਾਂਸ, ਸਪੇਨ ਅਤੇ ਨੀਦਰਲੈਂਡ ਆਦਿ ਨੇ ਅਫਰੀਕਾ, ਦੱਖਣੀ ਅਮਰੀਕਾ ਅਤੇ ਕਾਰੀਬੀਨ ਵਿੱਚ ਆਪਣੀਆਂ ਬਸਤੀਆਂ ਸਥਾਪਿਤ ਕੀਤੀਆਂ ਸਨ।